ਤੋ ਲੁਧਿਆਣਾ ਵਿਖੇ ਪੁਲਿਸ ਦੇ ਉਹ ਹੱਥ ਉਸ ਸਮੇਂ ਵੱਡੀ ਸਫਲਤਾ ਲੱਗੀ ਜਦੋਂ ਅਧਿਕਾਰੀਆਂ ਨੇ ਵੱਖ ਵੱਖ ਮਾਮਲਿਆਂ ਨੂੰ ਲੈ ਕੇ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇੱਥੇ ਦੱਸ ਦਈਏ ਕਿ ਕਾਬੂ ਕੀਤੇ ਗਏ ਉਕਤ ਆਰੋਪੀ ਪਿਛਲੇ ਕਈ ਸਾਲਾਂ ਤੋਂ ਲੁੱਟਾ ਖੋਹਾਂ ਅਤੇ ਚੋਰੀ ਠੱਗੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਆਰੋਪੀਆਂ ਕੋਲੋਂ ਮੋਬਾਈਲ ਫੋਨ, ਤੇਜ਼ਧਾਰ ਹਥਿਆਰ, ਵਾਹਨ, ਏਟੀਐਮ ਕਾਰਡ, ਗਹਿਣੇ ਅਤੇ ਰਾਸ਼ੀ ਬਰਾਮਦ ਕੀਤੀ ਗਈ ਹੈ। ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਕਿ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਅਜਿਹੇ ਵਿਅਕਤੀਆਂ ਦੀ ਭਾਲ ਜਾ ਰਹੀ ਹੈ ਅਤੇ ਇਹਨਾਂ ਦੇ ਖਿਲਾਫ ਉਚਿਤ ਕਾਰਵਾਈ ਕੀਤੀ ਜਾਵੇਗੀ। ਚੇਂਜ ਕਰਕੇ ਇਹ ਲੋਕਾਂ ਨਾਲ ਠੱਗੀਆਂ ਮਾਰਦੇ ਸੀਗੇ, ਉੱਥੋਂ ਪੈਸੇ ਕਢਾ ਲੈਂਦੇ ਸੀ ਉਹਨਾਂ ਦਾ ਪਾਸਵਰਡ ਦੇਖ ਕੇ। ਇਹ ਆਪਣੇ ACP ਮੁਖਤਿਆਰ ਸਿੰਘ ਮੁਖਤਿਆਰ ਰਾਏ ਜੀ ਅਤੇ ਰਾਮਜੀ SHO ਇੰਸਪੈਕਟਰ ਸਾਹਿਬ ਨੇ ਦੁਧਿਆਲ ਦੇ ਕਾਫੀ ਟਾਈਮ ਤੋਂ ਇਹਨਾਂ ਦੇ ਮਗਰ ਲੱਗੇ ਹੋਏ ਸੀ ਔਰ ਆਖਿਰਕਾਰ ਇਹਨਾਂ ਨੂੰ ਇਹਨਾਂ ਨੇ ਫੜ ਲਿਆ, ਜਿਹਦੇ ਨਾਲ ਸਾਡੇ 12 ਦੇ ਕਰੀਬ FIR ਜਿਹੜੀਆਂ ਰਜਿਸਟਰ ਹੋਈਆਂ ਨੇ ਉਹ ਟਰੇਸ ਹੋਈਆਂ ਨੇ। ਬਾਕੀ ਅਸੀਂ ਹੁਣ ਇਹਨਾਂ ਦਾ ਰਿਮਾਂਡ ਲੈ ਕੇ ਪੁੱਛਗਿੱਛ ਕਰ ਰਹੇ ਹਾਂ, ਜੋ ਉਹਦਾ ਆਊਟਕਮ ਹੋਊਗਾ ਤੁਹਾਨੂੰ ਦੱਸ ਸਕਦੇ। ਇਹ ਜਿਹੜੀ ਹੁਣ ਤੱਕ ਇਹਨਾਂ ਨੇ ਸਾਨੂੰ ਲਿਸਟ ਜੀ ਬਣਾਈ ਆ, ਉਹਦਾ ਬਹੁਤ ਮਤਲਬ ਮੋਰ ਦੈਨ 25 ਇੰਸੀਡੈਂਟ ਕਰ ਚੁੱਕੇ ਨੇ। ਜਿਹੜੇ ਨਾ ਪਿੱਛੇ ਖੜ੍ਹ ਜਾਂਦੇ ਸੀ, ਉਹਨੂੰ ਦੋ ਜਣੇ ਹੁੰਦੇ ਸੀ, ਇੱਕ ਜਣਾ ਸਾਈਡ 'ਤੇ ਖੜ੍ਹ ਗਿਆ, ਇੱਕ ਜਣਾ ਇੱਧਰ ਖੜ੍ਹ ਗਿਆ। ਕਈ ਵਾਰੀ ਬੰਦੇ ਨੂੰ ਥੋੜ੍ਹਾ ਜਿਹਾ ਕਿਸੇ ਦੀ ਹੈਲਪ ਦੀ ਲੋੜ ਹੁੰਦੀ ਆ ਤਾਂ ਹੈਲਪ ਕਰਦੇ ਬਹਾਨੇ ਉਹਦਾ ਪਾਸਵਰਡ ਦੇਖ ਲੈਣਾ ਇਹਨਾਂ ਨੇ, ਉਹਦੀ ਹੈਲਪ ਵੀ ਕਰਦੇ ਵੀ ਲਓ ਜੀ ਆਹ ਲਓ ਤੁਸੀਂ ATM ਆਪਣਾ ਕਾਰਡ। ਉਹ ਕਾਰਡ ਲੈਂਦੇ ਅਤੇ ਉਹਨੂੰ ਦਿੰਦੇ ਚੇਂਜ ਕਰ ਦਿੰਦੇ ਸੀ ਕਾਰਡ। ਆਪਣੇ ਕੋਲ ਇਹਨਾਂ ਦੇ ਹਰ ਕਿਸਮ ਦੇ ਕਾਰਡ ਇਹਨਾਂ ਕੋਲ ਹੁੰਦੇ ਨੇ, ਉਹ ਪਹਿਲੇ ਚੈੱਕ ਕਰ ਲੈਂਦੇ ਵੀ ਕਿਹੜਾ ਕਾਰਡ ਪਾਇਆ ਹੈ, ਤਾਂ ਦੂਸਰਾ ਬੰਦਾ ਉਵੇਂ ਹੀ ਕਾਰਡ ਕੱਢ ਕੇ ਪਹਿਲੇ ਨੂੰ ਦੇ ਦਿੰਦਾ, ਉਹ ਆਪਣਾ ਕਲਾਕਾਰੀ ਦਿਖਾ ਦਿੰਦਾ।